ਦੇਖੋ ਜੀ, ਇਨਵਾਇਰਮੈਂਟ ਨਾਲ ਮੈਂ ਕਹਿੰਦਾ ਹਰ ਬੰਦੇ ਦਾ ਸਪੈਸ਼ਲ ਕਨੈਕਸ਼ਨ ਹੁੰਦਾ। ਇਹ ਸਟੱਡੀ 'ਚ ਵੀ ਹੈਗਾ, ਰਿਸਰਚ 'ਚ ਵੀ ਹੈਗਾ ਵੀ ਕਿਸੇ ਬੰਦੇ ਦੀ ਮੈਂਟਲ ਹੈਲਥ ਜਦੋਂ ਹੁੰਦੀ ਹੈ ਨਾ, ਉਹ ਆਟੋਮੈਟਿਕ ਹੀ ਦੇਖ ਲਿਓ, ਕੋਈ ਕੁਦਰਤੀ ਨਜ਼ਾਰਾ ਵੇਖ ਕੇ ਨਾ ਤੁਹਾਡੇ ਚਿਹਰੇ 'ਤੇ ਨਾ ਅਨੋਖਾ ਨੂਰ ਆ ਜਾਂਦਾ। ਅਸੀਂ ਸਿੱਧਾ ਜਿਹਾ ਹੀ ਹੈ ਵੀ ਗਲਵਸ ਪਾ ਕੇ, ਹੈਂਡ ਗਲਵਸ, ਸੇਫਟੀ ਗੀਅਰ ਜਿੰਨੇ ਕੁ ਸਾਡੇ ਕੋਲ ਹੈਗੇ ਆਪਾਂ ਅਪਲਾਈ ਕਰਦੇ ਹਾਂ ਜੀ। ਦਰਿਆ ਦੇ ਵਿੱਚ ਦੀ ਵੀ ਪਲਾਸਟਿਕ ਕੱਢਦੇ ਹੁੰਦੇ ਹਾਂ, ਕੱਪੜੇ ਬਹੁਤ ਜ਼ਿਆਦਾ ਲੋਕ ਸਿੱਟ ਕੇ ਜਾਂਦੇ ਨੇ, ਪਲਾਸਟਿਕ ਹੈਗਾ। ਸਾਨੂੰ ਜੀ ਲਗਭਗ 1.5 ਮਹੀਨਾ ਹੋ ਗਿਆ ਵੀਰ ਨਾਲ ਜੁੜੇ ਨੂੰ, ਅਤੇ ਵੀਰ ਨੇ ਜਦੋਂ ਇੰਸਟਾ 'ਤੇ ਪਾਇਆ ਸੀ ਤਾਂ ਇੰਸਟਾ ਤੋਂ ਅਸੀਂ ਸਟੋਰੀ ਵੇਖੀ ਸੀ ਇਹਨਾਂ ਦੀ। ਪਿਛਲੇ 1.5 ਮਹੀਨੇ ਤੋਂ ਲਗਾਤਾਰ ਹਰ ਸੰਡੇ ਜਦੋਂ ਵੀਰ ਨੇ ਡਰਾਈਵ ਰੱਖਦੇ, ਕਲੀਨਿੰਗ ਡਰਾਈਵ ਹੁੰਦੀ ਹੈ, ਤਾਂ ਅਸੀਂ ਵੀਰ ਨਾਲ ਜੁੜੇ ਹੋਏ ਹਾਂ। ਲੋਕਾਂ ਨੂੰ ਤਾਂ ਜੀ ਇਹੀ ਅਪੀਲ ਕਰਦੇ ਹਾਂ ਵੀ ਤੁਸੀਂ ਨਾ ਇਹਦੇ ਵਿੱਚ ਗੰਦ ਪਾਓ। ਤੁਸੀਂ ਲੋਕ ਆਪਣੇ ਬੱਚਿਆਂ ਨੂੰ ਪ੍ਰੋਪਰਟੀ ਬਣਾ ਕੇ ਦਿੰਦੇ ਹੋ, ਬੈਂਕ ਬੈਲੈਂਸ ਦਿੰਦੇ ਹੋ, ਉਹਦਾ ਕੋਈ ਮਤਲਬ ਨਹੀਂ। ਅਗਰ ਸਾਫ਼ ਸੁਥਰਾ ਪਾਣੀ ਨਹੀਂ ਹੈ, ਜ਼ਮੀਨ ਪਲਿਊਟ ਹੋ ਗਈ ਹੈ, ਪੋਲਿਊਸ਼ਨ ਹੈਗਾ ਆ, ਹਵਾ ਸਾਫ਼ ਸੁਥਰੀ ਨਹੀਂ ਹੈ, ਤਾਂ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ। ਸਾਨੂੰ ਆਪਣੇ ਪੁਰਖਿਆਂ ਤੋਂ ਜੋ ਚੀਜ਼ਾਂ ਮਿਲੀਆਂ ਨੇ, ਘੱਟੋ ਘੱਟ ਅਸੀਂ ਆਉਣ ਵਾਲੀ ਪੀੜ੍ਹੀਆਂ ਨੂੰ ਉਹ ਸਾਫ਼ ਸੁਥਰੀਆਂ ਦਈਏ। ਪਾਣੀ ਸਾਡੀ ਜ਼ਿੰਦਗੀ ਹੈ, ਪਰ ਅਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਜਾਂ ਫਿਰ ਅਸੀਂ ਜਿਹੜੇ ਆਪਣੇ ਪਾਣੀ ਨੇ ਉਹਨਾਂ ਨੂੰ ਹੀ ਪ੍ਰਦੂਸ਼ਿਤ ਕਰ ਰਹੇ ਹਾਂ, ਚਾਹੇ ਸੀਵਰੇਜ ਦੇ ਪਾਣੀ ਦੀ ਗੱਲ ਕਰੀਏ ਜਾਂ ਫਿਰ ਕੈਮੀਕਲ ਆਦਿ ਜਿਹੜਾ ਪਾ ਕੇ, ਜਾਂ ਫਿਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਹੁਣ ਸਤਲੁਜ ਦਰਿਆ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਸਤਲੁਜ ਦਰਿਆ ਜਿਹੜਾ ਉਸਨੂੰ ਵੀ ਜਿਹੜਾ ਗੰਦਲਾ ਉਸਨੇ ਵੀ ਗੰਦਲਾ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਲੋਕ ਇੱਥੇ ਜਿਹੜੇ ਨੇ ਗੰਦਗੀ ਸੁੱਟਣਾ ਸ਼ੁਰੂ ਕਰ ਚੁੱਕੇ ਨੇ। ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਬੁੱਢਾ ਦਰਿਆ ਜਿਹੜੀ ਵੱਡੀ ਸਮੱਸਿਆ, ਉੱਥੇ ਹੀ ਲੋਕ ਵੀ ਇਸ ਨੂੰ ਪ੍ਰਦੂਸ਼ਿਤ ਕਰ ਰਹੇ ਨੇ, ਇਸ ਦੇ ਵਿੱਚ ਘਰਾਂ ਤੋਂ ਲਿਆ ਕੇ ਗੰਦਗੀ ਜਿਹੜੀ ਆ ਸੁੱਟੀ ਜਾ ਰਹੀ ਹੈ। ਪਰ ਨੌਜਵਾਨਾਂ ਨੇ ਤਹੀਆ ਕੀਤਾ, ਨੌਜਵਾਨਾਂ ਵੱਲੋਂ ਪ੍ਰਣ ਲਿਆ ਗਿਆ ਕਿ ਇਸ ਨੂੰ ਜਿਹੜੀ ਆ ਸਫਾਈ ਇਸ ਦੀ ਜਿਹੜੀ ਕੀਤੀ ਜਾਵੇਗੀ। ਕਿਸ ਤਰ੍ਹਾਂ ਸ਼ੁਰੂਆਤ ਹੋਈ ਜਾਂ ਕੀ ਕਾਰਨ ਨੇ ਜਿਹੜੀ ਆ ਸਫਾਈ ਕੀਤੀ ਜਾ ਰਹੀ ਹੈ, ਗੱਲਬਾਤ ਕਰਾਂਗੇ। ਸਰ ਕੀ ਨਾਮ ਆ ਜੀ, ਅਤੇ ਕਿਸ ਤਰ੍ਹਾਂ ਜਿਹੜਾ ਇਸ ਮਨ ਦੇ ਵਿੱਚ ਜਿਹੜਾ ਖਿਆਲ ਆ? ਮੇਰਾ ਨਾਮ ਡਾਕਟਰ ਮਨਜੀਤ ਹੈ ਜੀ। ਹਾਂਜੀ। ਅਤੇ ਸਤਲੁਜ ਦੇ ਨਾਲ ਦੇਖੋ ਜੀ, ਇਨਵਾਇਰਮੈਂਟ ਨਾਲ ਮੈਂ ਕਹਿੰਦਾ ਹਰ ਬੰਦੇ ਦਾ ਸਪੈਸ਼ਲ ਕਨੈਕਸ਼ਨ ਹੁੰਦਾ। ਇਹ ਸਟੱਡੀ 'ਚ ਵੀ ਹੈਗਾ, ਰਿਸਰਚ 'ਚ ਵੀ ਹੈਗਾ ਵੀ ਕਿਸੇ ਬੰਦੇ ਦੀ ਮੈਂਟਲ ਹੈਲਥ ਜਦੋਂ ਹੁੰਦੀ ਹੈ ਨਾ, ਉਹ ਆਟੋਮੈਟਿਕ ਹੀ ਦੇਖ ਲਿਓ, ਕੋਈ ਕੁਦਰਤੀ ਨਜ਼ਾਰਾ ਵੇਖ ਕੇ ਨਾ ਤੁਹਾਡੇ ਚਿਹਰੇ 'ਤੇ ਨਾ ਅਨੋਖਾ ਨੂਰ ਆ ਜਾਂਦਾ। ਅਤੇ ਜਦੋਂ ਆਪਾਂ ਇਹ ਹਾਲਾਤ ਦੇਖੇ ਸਤਲੁਜ ਦੇ, ਰਾਵੀ ਦੇ, ਬਿਆਸ ਦੇ, ਤਾਂ ਸਾਡੇ ਮਨ 'ਚ ਆਇਆ ਗੱਲਾਂ ਤਾਂ 5-7 ਸਾਲ ਪਹਿਲਾਂ ਹੋ ਰਹੀਆਂ ਸੀ, ਪਰ ਹੁਣ ਜਿਹੜੇ ਹਾਲਾਤ ਮੌਕਾ ਬੈਠਿਆ ਸੂਤ, ਅਤੇ ਫਿਰ ਹੁਣ ਕੰਮ ਸ਼ੁਰੂ ਕਰਤਾ। ਪਹਿਲਾਂ ਹੌਲੀ ਹੌਲੀ ਇਕੱਲੇ ਨੇ ਰੀਲਾਂ ਪਾਈਆਂ, ਫਿਰ ਸਪੋਰਟ ਸਾਡੇ ਸਾਹਮਣੇ ਹੀ ਆ, ਹੁਣ ਰਿਜ਼ਲਟ ਜਿਹੜਾ 3 ਡਿਸਟ੍ਰਿਕਟਾਂ 'ਚ ਸਾਡਾ ਕੰਮ ਹੁਣ ਸ਼ੁਰੂ ਹੋ ਚੁੱਕਾ। ਅੱਜ ਵੱਡੀ ਗਿਣਤੀ 'ਚ ਅਸੀਂ ਦੇਖਿਆ ਕਿ ਨੌਜਵਾਨ, ਚਾਹੇ ਮੁੰਡੇ ਹੋਣ ਜਾਂ ਕੁੜੀਆਂ ਹੋਣ, ਨਾਲ ਜੁੜੀਆਂ ਹੋਈਆਂ ਨੇ। ਕਿਸ ਤਰ੍ਹਾਂ ਜਿਹੜੀ ਸਫਾਈ ਕੀਤੀ ਜਾਂਦੀ ਆ, ਕੀ ਜਿਹੜਾ ਇਸ ਦੇ ਵਿੱਚੋਂ ਨਿਕਲ ਰਿਹਾ? ਸਫਾਈ ਦੇਖੋ ਜੀ, ਅਸੀਂ ਸਿੱਧਾ ਜਿਹਾ ਹੀ ਹੈ ਵੀ ਗਲਵਸ ਪਾ ਕੇ, ਹੈਂਡ ਗਲਵਸ, ਸੇਫਟੀ ਗੀਅਰ ਜਿੰਨੇ ਕੁ ਸਾਡੇ ਕੋਲ ਹੈਗੇ ਆਪਾਂ ਅਪਲਾਈ ਕਰਦੇ ਹਾਂ ਜੀ। ਅਤੇ ਦਰਿਆ ਦੇ ਵਿੱਚ ਦੀ ਵੀ ਪਲਾਸਟਿਕ ਕੱਢਦੇ ਹੁੰਦੇ ਹਾਂ, ਅਤੇ ਜਿਹੜਾ ਨੇੜੇ ਕੰਡੇ ਵਾਲਾ ਹੈ, ਕਿਉਂਕਿ ਅੱਜ ਕੱਲ੍ਹ ਫਲੋ ਜ਼ਿਆਦਾ ਹੈ ਅਤੇ ਥੋੜ੍ਹਾ ਰਿਸਕੀ ਹੈ। ਅਤੇ ਮੂਰਤੀਆਂ ਲੱਭਦੀਆਂ ਨੇ ਸਾਨੂੰ, ਠੂਠੇ ਲੱਭਦੇ ਨੇ, ਕੱਪੜੇ ਬਹੁਤ ਜ਼ਿਆਦਾ ਲੋਕ ਸਿੱਟ ਕੇ ਜਾਂਦੇ ਨੇ, ਪਲਾਸਟਿਕ ਹੈਗਾ, ਪੂਜਾ ਦਾ ਸਮਾਨ ਹੈਗਾ, ਇਹ ਬਹੁਤ ਸਾਰੀਆਂ ਇਹੋ ਜਿਹੀਆਂ ਫੋਟੋਆਂ ਲੱਭਦੀਆਂ ਨੇ, ਮਤਲਬ ਇਹੋ ਜਿਹਾ ਹੀ ਆ। ਕਿਸੇ ਕਿਸੇ ਦਾ ਟੂਣੇ ਵਾਲੀਆਂ ਚੀਜ਼ਾਂ ਹੋ ਗਈਆਂ, ਜਿਵੇਂ ਲਿਪਸਟਿਕ ਹੋ ਗਈ, ਇਹ ਕੱਚ ਦਾ ਸਮਾਨ ਹੋ ਗਿਆ, ਸੰਧੂਰ ਹੋ ਗਿਆ, ਇਹੋ ਜਿਹੀਆਂ ਸਾਰੀਆਂ ਚੀਜ਼ਾਂ ਲਿਪ। ਅਸੀਂ ਦੇਖਿਆ ਕਿ ਤੁਸੀਂ ਇੱਕ ਪਾਸੇ ਸਫਾਈ ਕਰੀ ਜਾਂਦੇ ਹੋ, ਦੂਜੇ ਪਾਸੇ ਲੋਕ ਜਿਹੜੇ ਨੇ ਵਿੱਚ ਪਲਾਸਟਿਕ ਸੁੱਟੀ ਜਾਂਦੇ ਆ, ਵਿੱਚ ਹੀ ਕੂੜਾ ਕਰਕਟ ਸੁੱਟੀ ਜਾਂਦੇ ਆ, ਉਹਨਾਂ ਨੂੰ ਰੋਕਣ ਵਾਸਤੇ ਵੀ ਜਿਹੜਾ ਉਪਰਾਲਾ ਕਰਦੇ ਹੋ? ਅਸੀਂ ਜੀ ਅੱਧੇ ਬੰਦੇ ਹੁਣ, ਜਿਵੇਂ ਤੁਸੀਂ ਥੋੜ੍ਹੀ ਦੇਰ 'ਚ ਅਸੀਂ ਸ਼ੁਰੂ ਕਰਾਂਗੇ, ਪਹਿਲਾਂ ਕਲੀਨਿੰਗ ਕਰਦੇ ਹਾਂ ਪੂਰਾ ਜ਼ੋਰ ਲਾ ਕੇ, ਫਿਰ ਉੱਤੇ ਜਾ ਕੇ ਪੁਲ 'ਤੇ ਦੋਵੇਂ ਸਾਈਡਾਂ ਸਾਡੇ ਵਲੰਟੀਅਰ ਖੜ੍ਹ ਜਾਂਦੇ ਆ, ਬੋਰਡ ਲੈ ਕੇ ਬੇਨਤੀ ਕਰਦੇ ਹੁੰਦੇ ਹਾਂ ਵੀ ਨਾ ਸਿੱਟੋ, ਹੁਣ ਕ੍ਰਾਈਸਿਸ ਬਹੁਤ ਵੱਡਾ ਪੰਜਾਬ 'ਚ, ਪੀਣ ਦੇ ਪਾਣੀ ਰਹੇ ਨਹੀਂ, ਦੂਜਾ ਇਹ ਮਾਈਕਰੋ ਪਲਾਸਟਿਕ ਹੈ, ਤੀਜੀ ਗੱਲ ਇਹ ਆ ਵੀ ਇਹੀ ਪਾਣੀ ਆਪਣੇ ਅਬੋਹਰ ਫਾਜ਼ਿਲਕਾ ਵਾਲੇ ਵੀਰ ਪੀਂਦੇ ਆ, ਅਤੇ ਤਾਂ ਕਰਕੇ ਆਪਣੀ ਡਿਊਟੀ ਬਣਦੀ ਹੈ ਇਸ ਪਾਣੀ ਨੂੰ ਸਾਫ਼ ਕਰਨ ਦੀ। ਤੁਸੀਂ ਬਹੁਤ ਵੱਡੀ ਗੱਲ ਕੀਤੀ ਕਿ ਅਬੋਹਰ ਫਾਜ਼ਿਲਕਾ ਵਾਲੇ ਜਿਹੜੇ ਨੇ ਆਪਣੇ ਵੀਰ ਜਿਹੜੇ ਪੀਂਦੇ ਨੇ ਜਾਂ ਆਪਣੇ ਜਿਹੜੇ ਲੋਕ ਪੀਂਦੇ ਨੇ, ਪਰ ਕਿਤੇ ਨਾ ਕਿਤੇ ਇਹੀ ਦਰਿਆ ਜਾ ਕੇ, ਬੁੱਢੇ ਦਰਿਆ ਜਿਹੜਾ ਦਰਿਆ ਜਿਹਨੂੰ ਕਿਹਾ ਜਾਂਦਾ ਵਾ, ਹੁਣ ਅੱਜ ਕੱਲ੍ਹ ਉਹ ਗੰਦਾ ਨਾਲਾ ਬਣ ਚੁੱਕਿਆ, ਉਹਦੇ 'ਚ ਜਾ ਕੇ ਮਿਕਸਅਪ ਹੋ ਜਾਂਦਾ ਪਾਣੀ, ਜਿਹੜਾ ਸਾਰਾ ਹੀ ਪ੍ਰਦੂਸ਼ਿਤ ਹੋ ਜਾਂਦਾ, ਜਿਹਦੇ ਕਰਕੇ ਜਿਹੜੀ ਕੈਂਸਰ ਟ੍ਰੇਨ ਚੱਲੀ। ਲੱਗਦਾ ਨਹੀਂ ਕਿ ਉਹਨੂੰ ਲੈ ਕੇ ਵੀ ਜਿਹੜੀ ਅਵੇਅਰਨੈਸ ਜਿਹੜੀ ਹੋਣੀ ਚਾਹੀਦੀ ਹੈ? ਅਸੀਂ ਬੁੱਢੇ ਦਰਿਆ 'ਤੇ 2 ਜਿਹੜੀਆਂ ਹੈਗੀਆਂ ਨੇ ਵੀਡੀਓ ਪਾਈਆਂ ਹੋਈਆਂ ਨੇ ਆਪਣੇ ਪੇਜ 'ਤੇ,
ਇਹ ਐਨ ਸਪੋਰਟ 'ਤੇ ਵੀ ਇੱਕ ਪਾਸੇ ਕਾਲਾ ਪਾਣੀ ਜਾਂਦਾ ਅਤੇ ਇੱਕ ਪਾਸੇ ਸਤਲੁਜ ਦਾ ਪਾਣੀ ਮਿਕਸ ਹੋ ਜਾਂਦਾ। ਠੀਕ ਆ, ਉਹ 15-20 ਕਿਲੋਮੀਟਰ ਜਾ ਕੇ ਮਿਕਸ ਹੋ ਜੂਗਾ ਦਰਿਆ ਵਗਦਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕੁਦਰਤੀ ਦਰਿਆ ਇਹਦੇ 'ਚ ਆਪਾਂ ਜ਼ਹਿਰ ਪਾ ਦਈਏ। ਸਿੱਧੀ ਜੀ ਗੱਲ ਆ, ਇੰਡਸਟਰੀ ਦਾ ਫੇਲੀਅਰ ਹੈ, ਗੌਰਮੈਂਟ ਦਾ ਫੇਲੀਅਰ ਹੈ, ਇਹ ਪੋਲਿਸੀ ਫੇਲੀਅਰ ਹੈ, ਅਤੇ ਕਿੱਡੇ ਕਿੱਡੇ ਇਹਦੇ 'ਤੇ ਉਪਰਾਲੇ ਵੀ ਹੋਏ, ਜਿਵੇਂ ਕਿ ਪੀਪਲ ਐਕਸ਼ਨ ਕਮੇਟੀ ਆ, ਬਜ਼ੁਰਗ ਕੁਛ ਰਿਟਾਇਰਡ ਲੋਕਾਂ ਦੀ ਕਮੇਟੀ ਆ, ਉਹ ਕਰ ਰਹੇ ਨੇ PAC ਦੇ, ਅਤੇ ਬੁੱਢਾ ਦਰਿਆਓ ਬਚਾਓ ਅਤੇ ਮੁਹਿੰਮ ਵੀ ਚੱਲੀ ਹੋਈ ਆ, ਲੱਗੇ ਹੋਏ ਨੇ ਲੋਕ, ਪਰ ਨਤੀਜੇ ਹਜੇ ਉਸ ਲੈਵਲ 'ਤੇ ਨਹੀਂ ਆ ਰਹੇ। ਮਤਲਬ ਜਾ ਕੇ ਸਿੱਟ ਰਹੇ, ਇਹ ਤਾਂ ਮੈਂ ਮੰਨਦਾ ਵੀ ਪਲਾਸਟਿਕ ਨੂੰ ਤਾਂ ਅਸੀਂ ਨਾ ਥੋੜ੍ਹੇ ਦਿਨਾਂ 'ਚ ਇੱਥੇ ਜਾਲ ਇੰਸਟਾਲ ਕਰ ਲਾਂਗੇ, ਇੱਧਰ ਦਾ ਰੋਕ ਲਾਂਗੇ, ਅੱਗੇ ਕਿਸੇ ਨਾ ਕਿਸੇ ਥਾਂ ਤੋਂ ਲਵਾ ਕੇ ਜਾਲ ਆਪਾਂ ਕੱਢ ਲਿਆ ਕਰਾਂਗੇ ਪਲਾਸਟਿਕ, ਪਰ ਉਹਨੂੰ ਕਿਵੇਂ ਕਰਨਾ? ਨਹੀਂ, ਮੈਂ ਤੁਹਾਡੀ ਗੱਲ ਕੱਟਣ ਲੱਗਿਆ ਸੀ। ਮੈਂ ਦੇਖਿਆ ਵੀ ਇੱਕ ਸਿੱਧਵਾ ਕਨਾਲ ਆ ਜਿੱਥੇ ਜਿਹੜਾ ਪ੍ਰਸ਼ਾਸਨ ਵੱਲੋਂ ਇੱਕ ਕਹਿੰਦਾ ਮੁਹਿੰਮ ਛੇੜੀ ਗਈ ਹੈ, ਕਹਿੰਦੇ ਜੇ ਉੱਥੇ ਕੋਈ ਕੂੜਾ ਕਰਕਟ ਜਾਂ ਉਹਦੇ ਵਿੱਚ ਕੁਝ ਸੁੱਟਦਾ ਵਾ ਤਾਂ ਉਹਨੂੰ ਜੁਰਮਾਨਾ ਲਗਾਇਆ ਜਾਂਦਾ। ਲੱਗਦਾ ਨਹੀਂ ਕਿ ਇਹ ਵੀ ਸਾਡਾ ਜਿਹੜਾ ਸਰੋਤ ਆ, ਕੁਦਰਤੀ ਸਰੋਤ ਆ, ਜੇਕਰ ਇਹ ਨਹੀਂ ਰਹਿਣਗੇ ਤਾਂ ਨਹਿਰਾਂ ਵੀ ਨਹੀਂ ਰਹਿਣਗੀਆਂ। ਉਹ ਮਿਊਂਸੀਪਲ ਕਾਰਪੋਰੇਸ਼ਨ 'ਤੇ ਬਹੁਤ ਜ਼ਿਆਦਾ ਜਦੋਂ ਪਬਲਿਕ ਨੇ ਪ੍ਰੈਸ਼ਰ ਪਾਇਆ ਵੀ ਸਿੱਧਵਾ ਕਨਾਲ 'ਤੇ ਜਿਹੜਾ ਕੰਮ ਹੁੰਦਾ ਹੈ ਉਹ ਬਹੁਤ ਗਲਤ ਹੁੰਦਾ ਹੈ, ਅਤੇ ਹੌਲੀ ਹੌਲੀ ਉਹਨੇ ਚਲਾਨ ਕੱਟਣੇ ਸ਼ੁਰੂ ਕੀਤੇ ਅਤੇ ਲੋਕ ਉੱਧਰੋਂ ਹਟ ਕੇ ਇੱਧਰ ਆਉਣ ਲੱਗ ਗਏ। ਹੁਣ ਇਹ ਤਾਂ ਹੋਰ ਵੱਡਾ ਡਿਪਾਰਟਮੈਂਟ ਹੈ, ਇਰੀਗੇਸ਼ਨ ਡਿਪਾਰਟਮੈਂਟ ਹੈ, ਸੈਂਟਰਲ ਗਵਰਨਮੈਂਟ ਮਿਨਿਸਟਰੀ ਦੇ ਅੰਡਰ ਵੀ ਆਉਂਦਾ ਹੈ, ਮਤਲਬ ਬਹੁਤ ਕੁਛ ਹੈ, ਫਿਰ ਮਾਈਨਿੰਗ ਦਾ ਵੀ ਆਉਂਦਾ ਹੈ, ਪਰ ਹੁੰਦਾ ਨਹੀਂ ਪ੍ਰੈਕਟੀਕਲ ਰਿਜ਼ਲਟ ਜਿਹੜੇ ਹੈਗੇ ਆ। ਹੁਣ ਇੱਧਰ ਉਹੀ ਗੱਲ ਆ ਨਾ, ਉੱਧਰ ਦੇ ਲੋਕ ਇੱਧਰ ਡਾਈਵਰਟ ਹੋ ਗਏ ਅਤੇ ਲੋਕ ਆਪਣਾ ਮੋਰਲ ਰਾਈਟ ਸਮਝਦੇ ਆ ਵੀ ਇਹ ਕੋਈ ਡੰਪਿੰਗ ਯਾਰਡ ਥੋੜ੍ਹੀ ਹੈ, ਲੋਕ ਆਉਂਦੇ ਆ ਇੱਥੇ, ਅਤੇ ਅੱਜ ਤੱਕ ਮੈਂ ਤਾਂ ਸਤਲੁਜ 'ਤੇ ਕਿਸੇ ਦਾ ਚਲਾਨ ਹੁੰਦਾ ਦੇਖਿਆ ਨਹੀਂ। ਨਹੀਂ, ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਲੱਗਦਾ ਨਹੀਂ ਕਿ ਇਹ ਪ੍ਰਸ਼ਾਸਨ ਦਾ ਕੰਮ ਹੈ, ਪ੍ਰਸ਼ਾਸਨ ਨੂੰ ਜਿਹੜਾ ਪਹਿਲ ਕਰਨੀ ਚਾਹੀਦੀ ਸੀ। ਚਲੋ ਠੀਕ ਹੈ, ਨੌਜਵਾਨਾਂ ਨੇ ਪਹਿਲ ਕੀਤੀ ਹੈ, ਤੁਸੀਂ ਜਿਹੜਾ ਪ੍ਰਣ ਚੁੱਕਿਆ ਵੀ ਤੁਸੀਂ ਇਹਨੂੰ ਸਫਾਈ ਕਰੋਗੇ, ਇਹ ਬਹੁਤ ਵਧੀਆ ਜਿਹੜਾ ਉਪਰਾਲਾ, ਪਰ ਨੌਜਵਾਨ ਜੁੜ ਰਹੇ ਨੇ, ਮੈਨੂੰ ਲੱਗਦਾ ਕਿ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਇਸ ਦੇ ਵਿੱਚ ਜਿਹੜਾ ਯੋਗਦਾਨ ਪਾਉਣਾ ਚਾਹੀਦਾ। ਦੇਖੋ ਜੀ, ਇਹ ਸਟੇਟ ਦੀ ਪ੍ਰੋਪਰਟੀ ਹੈ, ਇਹ ਪਾਣੀ ਲੋਕਾਂ ਨੇ ਪੀਣਾ, ਗਰਾਊਂਡ ਵਾਟਰ ਥੱਲੇ ਜਾ ਰਿਹਾ, ਇਹ ਤਾਂ ਬੇਸਿਕ ਜੀ ਕੋਮਨ ਸੈਂਸ ਦੀ ਗੱਲ ਆ ਵੀ ਇੰਨੇ ਤੁਸੀਂ ਡਿਪਾਰਟਮੈਂਟ, ਇਰੀਗੇਸ਼ਨ ਡਿਪਾਰਟਮੈਂਟ ਬਣਾਇਆ ਹੋਇਆ ਵੀ ਉਹ ਅਫਸਰ ਕਿਤੇ ਨੇ, ਉਹਨਾਂ ਦੀ ਜ਼ਿੰਮੇਵਾਰੀ ਹੈ, ਗਵਰਨਮੈਂਟ ਦੀ ਜ਼ਿੰਮੇਵਾਰੀ, ਇਨਵਾਇਰਮੈਂਟ ਮਿਨਿਸਟਰ ਦੀ ਜ਼ਿੰਮੇਵਾਰੀ ਹੈ, ਇਹ ਸਾਰੇ ਕਿਤੇ ਪਤਾ ਨਹੀਂ ਇਲੈਕਸ਼ਨਾਂ 'ਚ ਬਿਜ਼ੀ ਆ, ਰੈਲੀਆਂ 'ਚ ਬਿਜ਼ੀ ਆ, ਇੱਥੇ ਕੋਈ ਨਹੀਂ ਦੇਖ ਰਿਹਾ। ਰੌਲਾ ਕੀ ਹੈ, ਰੌਲਾ ਪਤਾ ਨਹੀਂ ਕੀ ਹੈ ਵੀ ਇਹ ਕੀ ਮੁੱਦਾ, ਇਨਵਾਇਰਮੈਂਟ ਮੁੱਦਾ ਨਹੀਂ ਹੈ, ਹੋਰੇ ਤੁਸੀਂ ਨਵੀਂ ਨਵੀਂ ਉਲਝਣਾਂ ਲੋਕਾਂ ਨੂੰ ਖੜੀ ਕਰਦੇ ਹੋ ਵੀ ਉਹ ਉਹਨਾਂ ਦਾ ਫੇਲੀਅਰ ਆ। ਅਸੀਂ ਤਾਂ ਕਹਿੰਦੇ, ਅਸੀਂ ਜਮਹੂਰੀਅਤ 'ਚ ਬਿਲੀਵ ਕਰਨ ਵਾਲੇ ਲੋਕ ਹਾਂ, ਠੀਕ ਹੈ ਜੀ, ਲੋਕਤੰਤਰ 'ਚ ਬਿਲੀਵ ਕਰਨ ਵਾਲੇ ਲੋਕ ਹਾਂ, ਫਿਰ ਜੇ ਸਾਡਾ ਵਿਸ਼ਵਾਸ ਐਵੇਂ ਸਰਕਾਰਾਂ ਤੋੜਨਗੀਆਂ ਤਾਂ ਲੋਕ ਫਿਰ ਅੱਗੇ ਸਰਕਾਰਾਂ ਨੂੰ ਵੀ ਔਖਾ ਹੋਊਗਾ। ਜਿਸ ਤਰ੍ਹਾਂ ਅੱਜ ਮੈਨੂੰ ਲੱਗਦਾ ਕਿ ਸੈਂਕੜੇ ਜਿਹੜੇ ਨੌਜਵਾਨ ਤੁਹਾਡੇ ਨਾਲ ਜੁੜ ਚੁੱਕੇ, ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰੁੱਪ ਜਿਹੜਾ ਹੋਰ ਵੱਡਾ? ਦੇਖੋ, ਅਸੀਂ ਆਮ ਲੋਕਾਂ ਨੂੰ ਸਮਝਾ ਸਕਦੇ ਹਾਂ, ਠੀਕ ਹੈ, ਹੌਲੀ ਹੌਲੀ ਇਹ ਆਪਾਂ ਜਿਹੜੇ ਪੰਡਿਤ ਹੈਗੇ ਆ, ਪੰਡੇ ਹੈਗੇ ਆ, ਜਿਹੜੇ ਮਤਲਬ ਬਹੁਤੇ ਹੈਗੇ ਆ ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਦੇ, ਪਰ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਸਮਝਾਉਂਦੇ ਹਾਂ, ਤੁਹਾਡੇ ਪਲੇਟਫਾਰਮ ਦੇ ਰਾਹੀਂ ਬੇਨਤੀ ਕਰਦਾ ਵੀ ਦਰਿਆ ਨੂੰ ਪੋਲਿਊਟ ਕਰਨ ਨਾਲ ਜੇ ਕਿਸੇ ਦਾ ਰੱਬ ਖੁਸ਼ ਹੁੰਦਾ, ਮੈਂ ਬੈਠਾ ਚੈਲੇਂਜ, ਮੈਨੂੰ ਕਿਹੜੀ ਕਿਤਾਬ 'ਚ ਲਿਖਿਆ ਦਿਖਾ ਦਿਓ, ਠੀਕ ਹੈ ਜੀ। ਅਤੇ ਤੀਜੀ ਗੱਲ ਇਹ ਆ ਵੀ ਮਿਸਗਾਈਡ ਕਰਨ ਵਾਲੀ ਗੱਲ ਹੈ ਲੋਕਾਂ ਨੂੰ, ਇਹ ਰੌਲਾ ਹੈ ਜੀ ਸਾਰੇ ਦਾ ਸਾਰਾ ਜੀ। ਬਿਲਕੁਲ, ਹੋਰਾਂ ਲੋਕਾਂ ਨਾਲ ਗੱਲ ਕਰਾਂਗੇ, ਹੋਰਾਂ ਨੌਜਵਾਨ ਬਾਈ ਜੀ, ਕਦੋਂ ਤੁਸੀਂ ਇੱਥੇ ਪਹੁੰਚੇ, ਕਦੋਂ ਤੋਂ ਜਿਹੜੀ ਸ਼ੁਰੂਆਤ? ਸਾਨੂੰ ਜੀ ਲਗਭਗ 1.5 ਮਹੀਨਾ ਹੋ ਗਿਆ ਵੀਰ ਨਾਲ ਜੁੜੇ ਨੂੰ, ਅਤੇ ਵੀਰ ਨੇ ਜਦੋਂ ਇੰਸਟਾ 'ਤੇ ਪਾਇਆ ਸੀ ਤਾਂ ਇੰਸਟਾ ਤੋਂ ਅਸੀਂ ਸਟੋਰੀ ਵੇਖੀ ਸੀ ਇਹਨਾਂ ਦੀ, ਅਤੇ ਚਲੋ ਦਿਲ ਤਾਂ ਸਾਡਾ ਵੀ ਕਰਦਾ ਸੀ ਵੀ ਇੱਦਾਂ ਨਹੀਂ ਹੋਣਾ ਚਾਹੀਦਾ, ਅਤੇ ਇਸ ਕਰਕੇ ਅਸੀਂ ਵੀਰ ਨਾਲ ਕਨੈਕਟ ਕੀਤਾ ਇੰਸਟਾ ਤੋਂ, ਅਤੇ ਵੀਰ ਨਾਲ ਜੁੜੇ ਅਤੇ ਇਹਨਾਂ ਦੀ ਟੀਮ ਨਾਲ ਕੰਮ ਆ ਕੇ ਕੀਤਾ ਸੀ ਪਿਛਲੇ 1.5 ਮਹੀਨੇ ਤੋਂ ਲਗਾਤਾਰ, ਹਰ ਸੰਡੇ ਜਦੋਂ ਵੀਰ ਨੇ ਡਰਾਈਵ ਰੱਖਦੇ ਆ, ਕਲੀਨਿੰਗ ਡਰਾਈਵ ਹੁੰਦੀ ਆ, ਤਾਂ ਅਸੀਂ ਵੀਰ ਨਾਲ ਜੁੜੇ ਹੋਏ ਹਾਂ, ਅਤੇ ਹਮੇਸ਼ਾ ਕਿਤੇ ਵੀ ਅਸੀਂ ਗਏ ਹਾਂ ਤਾਂ ਵੀਰ ਨਾਲ ਗਏ ਹਾਂ। ਅਸੀਂ ਲੋਕਾਂ ਨੂੰ ਕੀ ਅਪੀਲ ਆ? ਲੋਕਾਂ ਨੂੰ ਤਾਂ ਜੀ ਇਹੀ ਅਪੀਲ ਕਰਦੇ ਹਾਂ ਵੀ ਤੁਸੀਂ ਨਾ ਇਹਦੇ ਵਿੱਚ ਗੰਦ ਪਾਓ, ਖਾਸ ਕਰ ਪੋਲੀਥੀਨ ਤੋਂ ਤਾਂ ਇੰਨਾ ਜ਼ਿਆਦਾ ਪਰਹੇਜ਼ ਕਰੋ ਵੀ ਤੁਸੀਂ ਦੇਖੋ ਪੋਲੀਥੀਨ ਕੀ ਹੈ। ਪੋਲੀਥੀਨ ਤੁਸੀਂ ਪਾਣੀ 'ਚ ਸੁੱਟਿਆ, ਪਾਣੀ ਦਾ ਵੇਸਟੇਜ ਹੈ, ਪਾਣੀ ਖਰਾਬ ਕਰਤਾ ਤੁਸੀਂ, ਠੀਕ ਹੈ, ਅੱਗੇ ਉਹਦੇ ਵਿੱਚੋਂ ਡੰਗਰ ਜਿੰਨੇ ਵੀ ਪਾਣੀ ਪੀਂਦੇ ਆ, ਜਾਨਵਰ ਪਾਣੀ ਪੀਂਦੇ ਆ,
ਉਹ ਪੋਲੀਥੀਨ ਖਾ ਰਹੇ ਆ, ਉਹ ਬਿਮਾਰ ਹੋ ਰਹੇ ਆ, ਬਿਮਾਰੀਆਂ ਵੱਧ ਰਹੀਆਂ, ਪਾਣੀ ਪੋਲਿਊਟ ਕਰ ਕਰਕੇ ਅਸੀਂ ਇੰਨਾ ਜ਼ਿਆਦਾ ਪੰਜਾਬ ਦਾ ਬੇੜਾ ਗਰਕ ਕਰ ਚੁੱਕੇ ਹਾਂ ਵੀ ਇੰਨਾ ਨਹੀਂ ਕਰਨਾ ਚਾਹੀਦਾ, ਇਹ ਤੋਂ ਜਿੰਨਾ ਅਵੋਇਡ ਹੋ ਸਕੇ ਕਰ ਲੈਣਾ ਚਾਹੀਦਾ ਹੁਣ ਜੀ। ਬਿਲਕੁਲ, ਕਿਤੇ ਨਾ ਕਿਤੇ ਨੌਜਵਾਨ ਹੋਰ ਵੀ ਖੜ੍ਹੇ ਨੇ ਬਾਈ ਜੀ। ਆਪਾਂ ਦੇਖਿਆ ਕਿ ਸਿਰਫ ਅਤੇ ਸਿਰਫ ਇੱਥੇ ਹੀ ਨਹੀਂ ਹੈਗੀ ਪਲਾਸਟਿਕ ਦੀ ਜਾਂ ਪੋਲੀਥੀਨ ਦੀ ਜਿਹੜੀ ਸਮੱਸਿਆ ਵਾ, ਇੱਥੇ ਲੁਧਿਆਣੇ ਦੇ ਵਿੱਚ ਨਾ ਦੋ ਵੱਡੇ ਵੱਡੇ ਪਹਾੜ ਬਣ ਚੁੱਕੇ ਨੇ ਕੂੜੇ ਦੇ। ਲੱਗਦਾ ਕਿ ਲੋਕਾਂ ਨੂੰ ਇਸ ਤੋਂ ਅਵੇਅਰ ਹੋਣਾ ਚਾਹੀਦਾ? ਲੋਕਾਂ ਨੂੰ ਇੱਥੇ ਦੀ ਗੱਲ ਕਰ ਰਿਹਾ ਮੈਂ ਹਲੇ, ਇੱਥੇ ਲੋਕ ਜਿਵੇਂ ਸੁੱਟਣ ਆਉਂਦੇ ਨੇ, ਉਹਨਾਂ ਨੂੰ ਪੁੱਛਿਆ ਵਾ ਕਿ ਕਿਉਂ ਸੁੱਟ ਰਹੇ ਤੁਸੀਂ, ਇਹ ਕੀ ਚੀਜ਼ ਹੈਗਾ? ਉਹ ਕਹੋਗੇ ਕਿ ਜੀ ਇਹ ਮੰਦਿਰ ਦਾ ਸਮਾਨ ਹੈਗਾ। ਅਸੀਂ ਕਹਿੰਦੇ ਚਲੋ ਠੀਕ ਹੈ ਜੀ, ਮੰਦਿਰ ਦਾ ਸਮਾਨ ਹੈਗਾ, ਅਸੀਂ ਕਹਿੰਦੇ ਇਹਨੂੰ ਕੀ ਕਰਨਾ? ਕਹਿੰਦੇ ਇਹਨੂੰ ਪਾਣੀ 'ਚ ਸੁੱਟਣਾ ਹੈ। ਅਸੀਂ ਕਹਿੰਦੇ ਕਿ ਪਾਣੀ ਤਾਂ ਪਹਿਲੀ ਗੰਦਾ ਹੈਗਾ, ਤੁਸੀਂ ਮੰਦਿਰ ਦਾ ਸਮਾਨ, ਰੱਬ ਦਾ ਸਮਾਨ, ਤੁਸੀਂ ਗੰਦੀ ਜਗ੍ਹਾ 'ਤੇ ਕਿਉਂ ਸੁੱਟ ਰਹੇ ਹੋ? ਤੁਸੀਂ ਚਾਹੁੰਦੇ ਹੋ ਕਿ ਆਪਾਂ ਰੱਬ ਦਾ ਸਮਾਨ ਸਹੀ ਜਗ੍ਹਾ ਵਿਸਰਜਿਤ ਕਰੀਏ, ਤੁਸੀਂ ਗੰਦੀ ਜਗ੍ਹਾ ਵਿੱਚ ਸੁੱਟ ਕੇ ਉਹਨੂੰ ਅਪਮਾਨ ਕਰ ਰਹੇ ਹੋ ਨਾ ਉਹਦਾ, ਉਹਨੇ ਤੁਸੀਂ ਬੇਅਦ ਵੀ ਕਰ ਰਹੇ ਹੋ ਇੱਕ ਤਰ੍ਹਾਂ ਦੀ। ਲੋਕਾਂ ਨੂੰ ਸਮਝ ਹੀ ਨਹੀਂ, ਬਸ ਕਿਸੇ ਨੇ ਕਹਿ ਕੇ ਭੇਜਤਾ ਜੀ ਪੁਰਾਣੀ ਰੀਤ ਰਿਵਾਜ ਚੱਲੀ ਜਾਂਦੇ ਵੀ ਹਾਂ ਜੀ ਪਾਣੀ 'ਚ ਸੁੱਟ ਦਿਉ, ਪਾਣੀ 'ਚ ਸੁੱਟ ਦਿਉ। ਲੋ ਜੀ ਕੋਈ ਨਹੀਂ ਹੈਗਾ ਇਹਦੇ ਪਿੱਛੇ, ਬਸ ਗਦੀ ਗੇਟ ਲੋਕੀ ਤੁਰੇ ਹੋਏ ਆ ਬਸ ਜੀ। ਬਿਲਕੁਲ, ਕਿਤੇ ਨਾ ਕਿਤੇ ਕੁਝ ਲੜਕੀਆਂ ਜਿਹੜੀਆਂ ਨੇ ਉਹ ਵੀ ਇਸੇ ਲਗਾਤਾਰ ਸੇਵਕ। ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਕਿ ਤੁਹਾਨੂੰ ਘਰ ਦੇ ਰੋਕਦੇ ਨਹੀਂ ਹੈਗੇ ਵੀ ਤੁਸੀਂ ਕੁੜੀਆਂ ਜਾਂ ਇੱਥੇ ਪਹੁੰਚ ਗਏ? ਨਹੀਂ, ਮੈਂ ਤੇ ਮੇਰੇ ਹਸਬੰਡ ਆਨੇ ਆ, ਸਾਨੂੰ 1.5 ਮਹੀਨਾ ਹੋ ਗਿਆ ਆਂਦੇ ਨੂੰ। ਅਸੀਂ ਸਵੇਰੇ 5 ਵਜੇ ਆ ਜਾਂਦੇ ਆ ਤੇ 5 ਵਜੇ ਆ ਕੇ ਜਿੰਨਾ ਹੋ ਸਕੇ ਅਸੀਂ ਉਨਾ ਜ਼ਿਆਦਾ ਸਾਫ ਕਰਨ ਦੀ ਕੋਸ਼ਿਸ਼ ਕਰਦੇ ਆ, ਫਿਰ ਉਸ ਤੋਂ ਬਾਅਦ ਸਾਨੂੰ ਜੋ ਵੀ ਹੈ। ਕੀ ਲੱਗਦਾ ਕਿ ਲੋਕਾਂ ਨੂੰ, ਹੋਰਾਂ ਲੋਕਾਂ ਨੂੰ ਵੀ ਇਸ ਮੁਹਿੰਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ, ਜਾਂ ਲੋਕਾਂ ਨੂੰ ਘੱਟੋ ਘੱਟ ਜੇ ਇੱਥੇ ਆ ਕੇ ਸਫਾਈ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਗੰਦਗੀ ਤਾਂ ਨਹੀਂ ਸੁੱਟਣੀ ਚਾਹੀਦੀ? ਹਾਂਜੀ ਬਿਲਕੁਲ, ਅਸਲ ਦੇ ਵਿੱਚ ਨਾ ਜਿਹੜਾ ਇਨਵਾਇਰਮੈਂਟ ਦਾ ਮੁੱਦਾ ਹੈਗਾ, ਇਹ ਕੁਛ ਕੁ ਲੋਕਾਂ ਦਾ ਨਹੀਂ ਹੈ, ਇਹ ਹੈਗਾ ਔਰ ਮਤਲਬ ਪੂਰੇ ਦੇਸ਼ ਦਾ ਮੁੱਦਾ ਹੈ, ਪੂਰੇ ਲੋਕਾਂ ਦਾ ਮੁੱਦਾ ਹੈ ਨਾ। ਮੈਂ ਤੁਹਾਡੇ ਨਾਲ ਫਿਰ ਗੱਲ ਕਰਦਾ, ਪਰ ਮੈਂ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਕਿ ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਨੌਜਵਾਨ ਜਿਹੜੇ ਨੇ ਸਫਾਈ ਕਰ ਰਹੇ ਨੇ, ਉੱਥੇ ਹੀ ਦੂਜੇ ਪਾਸੇ ਕੁਝ ਲੋਕ ਜਿਹੜੇ ਨੇ ਉੱਥੇ ਗੰਦਗੀ ਸੁੱਟਦੇ ਨਜ਼ਰ ਆ ਰਹੇ ਨੇ। ਅਸੀਂ ਕਹਿ ਸਕਦੇ ਕਿ ਲਗਾਤਾਰ ਜਿਹੜੀ ਗੰਦਗੀ ਆ ਉਹ ਸੁੱਟੀ ਜਾ ਰਹੀ ਆ। ਲੱਗਦਾ ਕਿ ਇਹਨਾਂ ਲੋਕਾਂ ਨੂੰ ਵੀ ਜਿਹੜਾ ਸਮਝਣਾ ਚਾਹੀਦਾ ਕਿ ਹਾਂ ਜੇਕਰ ਤੁਸੀਂ ਸਫਾਈ ਕਰ ਰਹੇ ਹੋ ਜਾਂ ਕੋਈ ਦੇਖ ਰਿਹਾ ਵਾ ਤਾਂ ਹਟ ਜਾਣਾ ਚਾਹੀਦਾ। ਹਾਂਜੀ ਬਿਲਕੁਲ, ਸਾਫ਼ ਸਫਾਈ ਕਰਨਾ ਸਿਰਫ ਇੱਕ ਹੱਲ ਨਹੀਂ ਹੈਗਾ, ਇਹਦਾ ਹੈਗਾ ਕਿ ਅਵੇਅਰਨੈਸ ਵੀ ਹੋਣੀ ਚਾਹੀਦੀ ਹੈ। ਇੱਕ ਗੰਦਾ ਹੀ ਨਹੀਂ ਹੋਊਗਾ ਤਾਂ ਸਾਫ਼ ਕਰਨ ਦੀ ਨੌਬਤ ਹੀ ਨਹੀਂ ਆਉਣੀ, ਕਿਉਂਕਿ ਅਸੀਂ ਮਤਲਬ ਸਾਡੀ ਪਹਿਲ ਇਹ ਹੈ ਕਿ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਲੋਕ ਆਪਣੇ ਬੱਚਿਆਂ ਨੂੰ ਪ੍ਰੋਪਰਟੀ ਬਣਾ ਕੇ ਦਿੰਦੇ ਹੋ, ਬੈਂਕ ਬੈਲੈਂਸ ਦਿੰਦੇ ਹੋ, ਤਾਂ ਕੋਈ ਮਤਲਬ ਨਹੀਂ ਅਗਰ ਸਾਫ਼ ਸੁਥਰਾ ਪਾਣੀ ਨਹੀਂ ਹੈ, ਜ਼ਮੀਨ ਪਲਿਊਟ ਹੋ ਗਈ ਹੈ, ਪੋਲਿਊਸ਼ਨ ਹੈਗਾ ਆ, ਹਵਾ ਸਾਫ਼ ਸੁਥਰੀ ਨਹੀਂ ਹੈ, ਤਾਂ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ। ਸਾਨੂੰ ਆਪਣੇ ਪੁਰਖਿਆਂ ਤੋਂ ਜੋ ਚੀਜ਼ਾਂ ਮਿਲੀਆਂ ਨੇ ਘੱਟੋ ਘੱਟ ਅਸੀਂ ਆਉਣ ਵਾਲੀ ਪੀੜ੍ਹੀਆਂ ਨੂੰ ਉਹ ਸਾਫ਼ ਸੁਥਰੀਆਂ ਦਈਏ, ਅਤੇ ਕੁਦਰਤ ਦਾ ਇੱਕ ਧੰਨਵਾਦ ਹੈ ਕਿ ਜਿਹੜਾ ਅਸੀਂ ਥੋੜ੍ਹਾ ਜਿਹਾ ਹਿੱਸਾ ਪਾ ਸਕਦੇ ਹਾਂ, ਅਤੇ ਲੋਕਾਂ ਨੂੰ ਵੀ ਪਾਉਣਾ ਚਾਹੀਦਾ ਹੈ। ਬਹੁਤ ਵੱਡੀ ਗੱਲ ਕਹੀ ਆ, ਕਹਿੰਦੇ ਕਿ ਜ਼ਰੂਰ ਜਿਹੜਾ ਲੋਕਾਂ ਨੂੰ ਵੀ ਇਸ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਇੱਕ ਵਾਰੀ ਤਸਵੀਰ ਮੁੜ ਤੋਂ ਦਿਖਾ ਦਿੰਦੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਨੌਜਵਾਨ, ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ, ਇੱਥੇ ਜਿਹੜੇ ਨੇ ਜੁੜ ਚੁੱਕੇ ਨੇ, ਜਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਸੇਵਾ ਜਿਹੜੀ ਹੈ ਨਿਭਾਈ ਜਾ ਰਹੀ ਹੈ ਕਿ ਸਤਲੁਜ ਦਰਿਆ ਦੇ ਕੰਢੇ ਦੇ ਉੱਪਰ ਜਾਂ ਸਤਲੁਜ ਦਰਿਆ ਦੇ ਵਿੱਚ ਸਫਾਈ ਕੀਤੀ ਜਾ ਰਹੀ। ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਲਗਾਤਾਰ ਵਿੱਚ ਪਲਾਸਟਿਕ ਦੇ ਲਿਫਾਫੇ ਜਾਂ ਕੂੜਾ ਕਰਕਟ ਜਿਹੜੇ ਨੇ ਸੁੱਟ ਰਹੇ ਨੇ। ਬੇਸ਼ੱਕ ਨੌਜਵਾਨਾਂ ਵੱਲੋਂ ਵਿਸਲਾਂ ਵਜਾ ਕੇ ਜਿਹੜਾ ਉਹਨਾਂ ਨੂੰ ਜਾਂ ਹਾਕਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਨਹੀਂ ਹਟਦੇ, ਕਿਉਂਕਿ ਉਹ ਇਸ ਨੂੰ ਜਿਹੜਾ ਕਿਸੇ ਨਾ ਕਿਸੇ ਕਾਰਨ ਜਿਹੜਾ ਇਸ ਵਿੱਚ ਸੁੱਟਦੇ ਨੇ, ਇਸ ਨੂੰ ਆਸਥਾ ਮੰਨਦੇ ਨੇ। ਪਰ ਨੌਜਵਾਨਾਂ ਵੱਲੋਂ ਜਿਹੜੀ ਆ ਲਗਾਤਾਰ ਅਪੀਲ ਕੀਤੀ ਜਾਂਦੀ ਹੈ, ਅਤੇ ਅਸੀਂ ਵੀ ਇਹੀ ਅਪੀਲ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਇਹ ਜਿਹੜੇ ਨੇ ਸਾਡੇ ਕੁਦਰਤੀ ਸਰੋਤ ਨੇ, ਸਾਡੇ ਜਿਹੜੇ ਨੇ ਜੀਵਨ ਦੇ ਸੰਸਾਧਨ ਨੇ, ਇਹਨਾਂ ਨੂੰ ਜਿਹੜਾ ਗੰਦਾ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਪੋਲਿਊਟਡ ਨਹੀਂ ਕਰਨਾ ਚਾਹੀਦਾ। ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ।